ਸਿੱਧੀਆਂ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ ਜਿੱਥੇ ਬੇਹੱਦ ਵੱਡਾ ਹਾਦਸਾ ਹੋ ਗਿਆ ਏ। ਕਿਸਾਨਾਂ ਦੇ ਵੱਲੋਂ ਬਣਾਈਆਂ ਗਈਆਂ ਝੋਪੜੀਆਂ ਦੇ ਵਿੱਚ ਅੱਗ ਲੱਗ ਗਈ ਹੈ। ਤਸਵੀਰਾਂ ਸਿੱਧੀਆਂ ਸ਼ੰਭੂ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਝੋਪੜੀਆਂ ਨੂੰ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਹੈ ਤੇ ਅੱਗ ਤੇ ਕਾਬੂ ਪਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਟਰੈਕਟਰ ਵੀ ਇੱਕ ਲਪੇਟ ਦੇ ਵਿੱਚ ਆ ਗਿਆ ਹੈ ਸਕਦੇ। ਮੌਕੇ ਤੇ ਅਫੜਾ ਦਫੜੀ ਮੱਚ ਗਈ ਹੈ ਕਿਉਂਕਿ ਸਭ ਤੋਂ ਪਹਿਲਾਂ ਇੱਕ ਝੋਪੜੀ ਨੂੰ ਅੱਗ ਲੱਗਦੀ ਹੈ, ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਦੋ ਤੋਂ ਤਿੰਨ ਝੋਪੜੀਆਂ ਨੂੰ ਅੱਗ ਲੱਗ ਜਾਂਦੀ ਹੈ। ਨੇੜੇ ਤੇੜੇ ਜਿਹੜੀ ਤੂੜੀ ਦੇ ਨਾਲ ਬਣੀਆਂ ਹੋਈਆਂ ਝੋਪੜੀਆਂ ਸੀ, ਜਿਸ ਦੇ ਉੱਤੇ ਤੂੜੀ ਪਈ ਸੀ, ਤਾਂ ਹਲਕੀ ਜਿਹੀ ਅੱਗ ਲੱਗੀ, ਜਿਸ ਤੋਂ ਬਾਅਦ ਅੱਗ ਇੰਨੀ ਫੈਲ ਗਈ ਕਿ ਫਾਇਰ ਬ੍ਰਿਗੇਡ ਨੂੰ ਸੱਦਣਾ ਪਿਆ। ਦੇਖ ਸਕਦੇ ਹੋ ਕਿ ਕਿਵੇਂ ਕਿਸਾਨ ਇਕੱਠੇ ਹੋ ਕੇ ਜਿਵੇਂ ਹਰ ਔਂਕੜ ਦਾ ਸਾਹਮਣਾ ਹੁਣ ਤੱਕ ਕਰਦੇ ਆਏ ਨੇ, ਅੱਜ ਵੀ ਉਸੇ ਤਰੀਕੇ ਦੇ ਨਾਲ ਇਕੱਠ ਦੇਖਣ ਨੂੰ ਮਿਲਿਆ ਏ। ਕਿਸਾਨਾਂ ਦਾ ਇਕੱਠੇ ਹੋ ਕੇ ਕਿਸਾਨ ਝੋਪੜੀ 'ਚ ਲੱਗੀ ਅੱਗ ਨੂੰ ਬੁਝਾ ਰਹੇ ਨੇ। ਤਾਂ ਦੋ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਵੀ ਮੌਕੇ 'ਤੇ ਮੌਜੂਦ ਸਨ। ਜਾਨੀ ਨੁਕਸਾਨ ਦੀ ਖਬਰ ਤਾਂ ਹੁਣ ਤੱਕ ਨਹੀਂ ਆਈ, ਪਰ ਮਾਲੀ ਨੁਕਸਾਨ ਜ਼ਰੂਰ ਹੋ ਗਿਆ ਏ। ਝੋਪੜੀ ਦੇ ਅੰਦਰ ਪਿਆ ਸਮਾਨ ਪੂਰਾ ਸੜ ਕੇ ਸਵਾਹ ਹੋ ਗਿਆ ਅਤੇ ਝੋਪੜੀ ਦੇ ਨੇੜੇ ਖੜਿਆ ਇੱਕ ਟਰੈਕਟਰ ਜੋ ਕਿ ਇਸ ਅੱਗ ਦੀ ਲਪੇਟ 'ਚ ਆ ਗਿਆ ਅਤੇ ਉਸ ਦਾ ਵੀ ਕਾਫੀ ਨੁਕਸਾਨ ਹੋ ਗਿਆ ਏ। ਜਿਨ੍ਹਾਂ ਕਿਸਾਨਾਂ ਦੀਆਂ ਝੋਪੜੀਆਂ ਸਨ ਉਹਨਾਂ ਦੇ ਵਿੱਚ ਕਾਫੀ ਸਮਾਨ ਪਿਆ ਸੀ, ਕਿਸਾਨਾਂ ਦਾ ਕੱਪੜੇ ਪਏ ਸੀ, ਲੀੜੇ ਪਏ ਸੀ, ਹੋਰ ਵੀ ਕਈ ਜ਼ਰੂਰੀ ਸਮਾਨ ਸੀ। ਕਈ ਸਮਾਨ ਤਾਂ ਕੱਢ ਲਏ ਗਏ, ਪਰ ਕੁਝ ਨੁਕਸਾਨ ਜਿਹੜਾ ਏ ਉਹ ਕਿਸਾਨਾਂ ਨੂੰ ਹੋਇਆ ਏ। ਤਾਂ ਤਸਵੀਰਾਂ ਦਿਖਾ ਰਹੇ ਹਾਂ, 4 ਤੋਂ 5 ਝੋਪੜੀਆਂ ਨੂੰ ਅੱਗ ਲੱਗ ਗਈ ਹੈ। ਲਗਾਤਾਰ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ 'ਤੇ ਧਰਨਾ ਦਿੱਤਾ ਜਾ ਰਿਹਾ ਏ। ਤਾਂ 13 ਫਰਵਰੀ 2024 ਤੋਂ ਲੈ ਕੇ ਅੱਜ 11 ਅਪ੍ਰੈਲ 2024 ਤਕਰੀਬਨ 2 ਮਹੀਨੇ ਹੋਣ ਵਾਲੇ ਨੇ ਕਿਸਾਨਾਂ ਨੂੰ ਸ਼ੰਭੂ ਬਾਰਡਰ 'ਤੇ ਧਰਨਾ ਦਿੱਤੇ ਆ। ਤਾਂ ਦੱਸ ਦਈਏ ਕਿ ਕਿਸਾਨਾਂ ਨੇ ਦਿੱਲੀ ਜਾ ਕੇ ਧਰਨਾ ਦੇਣਾ ਸੀ, ਸਰਕਾਰ ਦੇ ਵੱਲੋਂ ਰਾਹ ਦੇ ਵਿੱਚ ਬੈਰੀਗੇਟਿੰਗ ਕੀਤੀ ਗਈ, ਤਾਂ ਕਿਸਾਨ ਆਗੂਆਂ ਨੇ ਇਹੀ ਫੈਸਲਾ ਲਿਆ ਕਿ ਸ਼ੰਭੂ ਬਾਰਡਰ 'ਤੇ ਬੈਠ ਕੇ ਉਹ ਆਪਣਾ ਧਰਨਾ ਪ੍ਰਦਰਸ਼ਨ ਕਰਨਗੇ। ਤਾਂ 2 ਮਹੀਨੇ ਤੋਂ ਇਹ ਰੋਡ ਬਲੌਕ ਹੈ, ਕਿਸਾਨ ਆਪਣਾ ਧਰਨਾ ਦੇ ਰਹੇ ਨੇ ਮੰਗਾਂ ਨੂੰ ਲੈ ਕੇ। ਜਿਹੜੀਆਂ ਮੰਗਾਂ ਪਹਿਲੀ ਕਿਸਾਨੀ ਅੰਦੋਲਨ 'ਚ ਸੀਗੀਆਂ, ਅੱਜ ਵੀ ਉਹੀ ਮੰਗਾਂ ਨੇ। ਤਾਂ ਇਸੇ ਦੌਰਾਨ ਕਿਸਾਨਾਂ ਨੇ ਪੱਕੇ ਤੰਬੂ ਵੀ ਕੱਢ ਲਏ ਨੇ, ਉਹਨਾਂ ਦੇ ਵਿੱਚ ਅੱਜ ਅੱਗ ਲੱਗ ਗਈ। ਤਾਂ ਇਹ ਝੋਪੜੀਆਂ ਬਣਾਈਆਂ ਗਈਆਂ ਸੀ ਕਿਸਾਨਾਂ ਦੇ ਵੱਲੋਂ, ਦੇਖ ਸਕਦੇ ਹੋ ਕਿ ਅੱਡ ਅੱਡ ਤਰੀਕੇ ਦੀਆਂ ਇਹ ਝੋਪੜੀਆਂ ਬਣਾਈਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ ਅੱਗ ਲੱਗ ਗਈ ਹੈ। ਟਰੈਕਟਰ ਨਹੀਂ ਹੈ, ਖਾਲੀ ਟਰਾਲੀ ਖਾਲੀ।